ਰੇਡੀਓ ਜਨ ਪਰਦੇਸੀ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲੈ ਕੇ ਗਗਨਦੀਪਿਕ ਵਰ ਫਿਰ ਤੋਂ ਹਾਜ਼ਰ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਚੀਨ 'ਚ ਦੂਜੇ ਦਿਨ ਵੀ ਕਰੋਨਾ ਵਾਇਰਸ ਦੇ 100 ਤੋਂ ਜ਼ਿਆਦਾ ਨਵੇਂ ਮਾਮਲੇ ਆਏ ਸਾਹਮਣੇ ਆਸਟ੍ਰੇਲੀਆ 'ਚ ਕਰੋਨਾ ਵਾਇਰਸ ਮਾਮਲਿਆਂ 'ਚ ਰਿਕਾਰਡ ਤੋੜ, ਵਾਧਾ 13 ਲੋਕਾਂ ਦੀ ਹੋਈ ਮੌਤ ਚੀਨ ਨੂੰ ਇੱਕ ਹੋਰ ਚੜ੍ਕਾ ਕਲਰ ਟੀਵੀ ਦੇ ਆਯਾਤ ਤੇ پابੰਦੀ ਅੰਡੇਮਾਨ 'ਚ ਕਰੋਨਾ ਵਾਇਰਸ ਦੇ ਕਾਰਨ ਇੱਕ ਹੋਰ ਵਿਅਕਤੀ ਨੇ ਤੋੜਿਆ ਦਮ ਹੁਣ ਤੱਕ ਦੋ ਲੋਕਾਂ ਦੀ ਹੋਈ ਮੌਤ ਜ਼ਿਲ੍ਹਾ ਕਪੂਰਥਲਾ 'ਚ ਕਰੋਨਾ ਵਾਇਰਸ ਦੇ ਨਾਲ ਇੱਕ ਹੋਰ ਮੌਤ, 11 ਨਵੇਂ ਮਾਮਲਿਆਂ ਰੂਪਨਗਰ ਵੱਡੀ ਵਾਰਦਾਤ ਕਰਨ ਦੀ ਤਿਆਰੀ ਚ ਸੀ ਲੁਟੇਰਾ ਗਿਰੋ ਮਾਰੂ ਹਥਿਆਰਾਂ ਚਨੇ ਗ੍ਰਫਤਾਰ ਹੁਣ ਖਬਰਾਂ ਵਿਸਥਾਰ ਨਾਲ ਚੀਨ ਨਾਲ ਸੰਬੰਧਿਤ ਬੀਜਿੰਗ ਤੋਂ ਇੱਕ ਖਬਰ ਦੇ ਅਨੁਸਾਰ ਚੀਨ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਦੁਜੇ ਦਿਨ ਸੌ ਤੋਂ ਜ਼ਿਆਦਾ ਆਏ ਨੇ ਉੱਥੇ ਹੀ ਦੱਖਣੀ ਅਫਰੀਕਾ ਦੇ ਵਿੱਚ 471000 ਪੀੜਤਾਂ ਦੇ ਨਾਲ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਵਾਇਰਸ ਨਾਲ ਪ੍ਰਭਾਵਿਤ ਪੰਜਵਾਂ ਦੇਸ਼ ਬਣ ਗਿਆ ਏ ਚੀਨ ਦੇ ਵਿੱਚ ਸੌ ਤੋਂ ਜ਼ਿਆਦਾ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਦੇ ਨਾਲ ਦੇਸ਼ ਵਿੱਚ ਇਸ ਖਤਰਨਾਕ ਵਾਇਰਸ ਦੇ ਕਾਬੂਦਿ ਹੋ ਉਮੀਦ ਨੂੰ ਝਟਕਾ ਲੱਗ ਰਿਹਾ ਏ ਰਾਸ਼ਟਰੀ ਸਿਹਤ ਕਮਿਸ਼ਨ ਨੇ ਵੀਰਵਾਰ ਨੂੰ ਦੱਸਿਆ ਕਿ 105 ਨਵੇਂ ਮਾਮਲਿਆਂ ਦੇ ਵਿੱਚੋਂ 102 ਸਥਾਨਕ ਇਨਫੈਕਸ਼ਨ ਦੇ ਨੇ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਮਾਮਲੇ ਸ਼ਿੰਜਿਆਂਗ ਸੂਬੇ ਦੇ ਮੁਸਲਮਾਨ ਬਹੂਲ ਉਈਗਰ ਖੇਤਰ ਦੇ ਵਿੱਚੋਂ ਨੇ ਬੁੱਧਵਾਰ ਤੱਕ ਦੇਸ਼ ਵਿੱਚ ਕੁੱਲ ਪੀੜਤਾਂ ਦੀ ਗਿਣਤੀ 84165 ਹੈ ਉੱਥੇ ਹੀ 574 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਜਿਨ੍ਹਾਂ ਦੇ ਵਿੱਚੋਂ 33 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਹੁਣ ਤੱਕ 78957 ਲੋਕ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਨੇ ਦੱਖਣੀ ਅਫਰੀਕਾ ਦੇ ਵਿੱਚ ਇਸ ਖਤਰਨਾਕ ਵਾਇਰਸ ਦੇ ਨਾਲ ਪੀੜਤਾਂ ਲੋਕਾਂ ਦੀ ਗਿਣਤੀ 471000 ਹੋ ਗਈ ਹੈ। ਇਹ ਸੰਕਟ ਦੇ ਨਾਲ ਦੇਸ਼ ਕੋਰੋਨਾ ਵਾਇਰਸ ਦੇ ਨਾਲ ਬੇਹੱਦ ਪ੍ਰਭਾਵਿਤ ਪੰਜਵਾਂ ਦੇਸ਼ ਬਣ ਗਿਆ ਹੈ। ਉੱਥੇ ਹੀ ਅਫਰੀਕੀ ਮਹਾਦੀਪ ਦੇ ਕੁੱਲ ਮਾਮਲਿਆਂ ਦੇ ਵਿੱਚੋਂ ਅੱਧੇ ਦੱਖਣੀ ਅਫਰੀਕਾ ਦੇ ਵਿੱਚ ਨੇ। ਅਫਰੀਕਾ ਦੇ 54 ਦੇਸ਼ਾਂ ਦੇ ਵਿੱਚ ਕੁੱਲ ਪੀੜਤਾਂ ਦੀ ਗਿਣਤੀ 891000 ਹੈ। ਉੱਥੇ ਹੀ ਇਥੇ ਘੱਟ ਜਾਂਚ ਦਾ ਮਤਲਬ ਹੈ ਕਿ ਪੀੜਤਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਦੱਖਣੀ ਅਫਰੀਕਾ ਮੈਡੀਕਲ ਰਿਸਰਚ ਕੌਂਸਲ ਦੀ ਇੱਕ ਨਵੀਂ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ 6 ਮਈ ਤੋਂ 21 ਜੁਲਾਈ ਦਰਮਿਆਨ ਕੁਦਰਤੀ ਕਾਰਨਾਂ ਦੇ ਕਾਰਨ 22000 ਤੋਂ ਜ਼ਿਆਦਾ ਮੌਤਾਂ ਹੋਈਆਂ ਨੇ ਇਹ ਮੌਤਾਂ ਕੋਵਿਡ-19 ਜਾਂ ਫਿਰ ਹੋਰ ਬਿਮਾਰੀਆਂ ਦੇ ਕਾਰਨ ਹੋ ਸਕਦੀਆਂ ਨੇ ਜਿਸ ਨੂੰ ਦਰਜ ਨਹੀਂ ਕੀਤਾ ਗਿਆ ਹੈ ਆਸਟ੍ਰੇਲੀਆ ਦੇ ਕੈਨਵਰਾ ਨਾਲ ਸੰਬੰਧਿਤ ਆਈ ਖਬਰ ਦੇ ਅਨੁਸਾਰ ਆਸਟ੍ਰੇਲੀਆ ਦੇ ਵਿੱਚ ਵੀਰਵਾਰ ਨੂੰ ਕੋਵਿਡ-19 ਮਹਾਮਾਰੀ ਦਾ ਹੁਣ ਤੱਕ ਸਭ ਤੋਂ ਖਰਾਬ ਦਿਨ ਦਰਜ ਕੀਤਾ ਗਿਆ ਹੈ ਜਿਸ ਵਿੱਚ 13 ਨਵੀਆਂ ਮੌਤਾਂ 744 ਰਿਕਾਰਡ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ ਨਵੇਂ ਅੰਕੜਿਆਂ ਦੇ ਨਾਲ ਦੇਸ਼ ਵਿੱਚ ਕਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 16303 ਹੈ ਜਦੋਂ ਕਿ 199 ਲੋਕਾਂ ਦੀ ਮੌਤ ਹੋ ਚੁੱਕੀ ਹੈ ਇੱਕ ਰਿਪੋਰਟ ਦੇ ਮੁਤਾਬਕ ਵਿਕਟੋਰੀਆ ਨੇ ਵੀਰਵਾਰ ਨੂੰ ਸਕਾਰਾਤਮਕ ਟੈਸਟ ਦੇ ਤਹਿਤ 723 ਮਾਮਲੇ ਰਿਕਾਰਡ ਕੀਤੇ ਨੇ ਜਿਹੜੇ ਸਭ ਤੋਂ ਵੱਧ ਪ੍ਰਭਾਵਿਤ ਰਾਜਾਂ ਦੇ 5500 ਤੋਂ ਵੱਧ ਐਕਟਿਵ ਮਾਮਲਿਆਂ ਦੇ ਵਿੱਚੋਂ ਇੱਕ ਨੇ ਵਿਕਟੋਰੀਆ ਦੇ ਪ੍ਰੀਮੀਅਮ ਡੈਨੀਅਲ ਐਂਡਰਿਊਜ਼ ਨੇ ਕਿਹਾ ਹੈ ਕਿ ਐਤਵਾਰ ਅੱਧੀ ਰਾਤ ਤੱਕ ਰਾਜਪੜ ਦੇ ਵਿੱਚ ਫੇਸ ਮਾਸਕ ਪਹਿਨਣਾ ਲਾਜ਼ਮੀ ਹੋ ਜਾਵੇਗਾ ਰਾਜਧਾਨੀ ਮੈਲਬੌਰਨ ਦੇ ਲਈ ਪਹਿਲਾਂ ਤੋਂ ਹੀ ਬਣੇ ਨਿਯਮਾਂ ਦੇ ਵਿੱਚ ਵਿਸਥਾਰ ਕੀਤਾ ਜਾਵੇਗਾ ਐਂਡਰਿਊਜ਼ ਨੇ ਕਿਹਾ ਹੈ ਕਿ ਇਹ ਅਸੁਵਿਧਾ ਜਨਕ ਹੈ ਇਹ ਚੁਣੌਤੀਪੂਰਵਕ ਪਰ ਇਹ ਉਹ ਕੁਝ ਹੈ ਜੋ ਅਸੀਂ ਖੇਤਰੀ ਵਿਕਟੋਰੀਆ ਦੇ ਵਿੱਚ ਮਹੱਤਵਪੂਰਨ ਆਰਥਿਕ ਲਾਗਤ ਪੈਦਾ ਕੀਤੇ ਬਿਨਾ ਕਰ ਸਕਦੇ ਹਾਂ ਅਸੀਂ ਅਸਲ ਦੇ ਵਿੱਚ ਮਹੱਤਵਪੂਰਨ ਜਨਤਕ ਸਿਹਤ ਲਾਭ ਪ੍ਰਾਪਤ ਕਰ ਰਹੇ ਹਾਂ ਭਾਰਤ ਨਾਲ ਸੰਬੰਧਿਤ ਨਵੀਂ ਦਿੱਲੀ ਤੋਂ ਇੱਕ ਖਬਰ ਦੇ ਅਨੁਸਾਰ ਚੀਨ ਨਾਲ ਵਧੇ ਤਣਾਅ ਦੇ ਵਿਚਾਲੇ ਕੇਂਦਰ ਸਰਕਾਰ ਨੇ ਟੀਵੀ ਸੈੱਟ ਦੇ ਆਯਾਤ ਤੇ پابੰਦੀਆਂ ਲਾਗੂ ਕਰ ਦਿੱਤੀਆਂ ਨੇ ਡਾਇਰੈਕਟਰ ਜਨਰਲ ਆਫ ਟ੍ਰੇਡ ਮਤਲਬ ਡੀਜੀਐਫਟੀ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਹੁਣ ਦੇਸ਼ ਦੇ ਵਿੱਚ ਕਲਰ ਟੀਵੀ ਦੇ ਆਯਾਤ ਦੇ ਲਈ ਵਣਜ ਮੰਤਰਾਲੇ ਤੋਂ ਲਾਇਸੈਂਸ ਲੈਣਾ ਪਵੇਗਾ ਸਰਕਾਰ ਦੇ ਇਸ ਫੈਸਲੇ ਨਾਲ ਤਿਉਹਾਰੀ ਸੀਜ਼ਨ ਦੇ ਵਿੱਚ ਟੀਵੀ ਸੈੱਟ ਮਹਿੰਗੇ ਹੋ ਜਾਣਗੇ ਸਾਲ 2018-19 ਵਿੱਚ ਭਾਰਤ ਨੇ 1 ਬਿਲੀਅਨ ਡਾਲਰ ਦੇ ਟੈਲੀਵਿਜ਼ਨ ਦਾ ਆਯਾਤ ਕੀਤਾ ਸੀ ਇਸ ਵਿੱਚੋਂ 535 ਮਿਲੀਅਨ ਡਾਲਰ ਦਾ ਆਯਾਤ ਚੀਨ ਤੋਂ ਕੀਤਾ ਗਿਆ ਸੀ ਜਦੋਂ ਕਿ ਵਿਅਤਨਾਮ ਤੋਂ 327 ਮਿਲੀਅਨ ਡਾਲਰ ਮਲੇਸ਼ੀਆ ਤੋਂ 109 ਮਿਲੀਅਨ ਡਾਲਰ ਕੋਰੀਆ ਇੰਡੋਨੇਸ਼ੀਆ THAILAND ਅਤੇ ਜਰਮਨੀ ਤੋਂ 10.52 ਮਿਲੀਅਨ ਡਾਲਰ ਦੇ ਟੀਵੀ ਸੈੱਟ ਆਯਾਤ ਕੀਤੇ ਗਏ ਸੀ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਕ੍ਰੇਲੂ ਟੀਵੀ ਇੰਡਸਟਰੀ ਨੂੰ ਫਾਇਦਾ ਹੋ ਸਕਦਾ ਹੈ ਪਰ ਖਪਤਕਾਰਾਂ ਨੂੰ ਯਕੀਨਨ ਤੌਰ ਤੇ ਇਸ ਦਾ ਨੁਕਸਾਨ ਹੋਵੇਗਾ। ਪੋਰਟ ਬਲੇਰ ਤੋਂ ਹੀ ਖਬਰ ਦੇ ਅਨੁਸਾਰ ਅੰਡੇਮਾਨ ਨਿਕੋਬਰ ਆਈਲੈਂਡਸ ਦੇ ਵਿੱਚ ਕੋਰੋਨਾ ਵਾਇਰਸ ਦੇ ਕਾਰਨ 45 ਸਾਲਾ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ। ਕੇਂਦਰੀ ਸ਼ਾਸਤ ਪ੍ਰਦੇਸ਼ ਦੇ ਵਿੱਚ ਇਸ ਜਾਨਲੇਵਾ ਵਾਇਰਸ ਦੇ ਕਾਰਨ ਹੁਣ ਤੱਕ 2 ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਵੀਰਵਾਰ ਨੂੰ ਸਿਹਤ ਵਿਭਾਗ ਵੱਲੋਂ ਦਿੱਤੀ ਗਈ ਹੈ। ਪੋਰਟ ਬਲੇਰ ਦੇ ਤੇਲੋਰਾਬਾਦ ਖੇਤਰ ਦੇ ਵਸਨੀਕ ਦੀ ਬੁੱਧਵਾਰ ਨੂੰ ਜੀਵੀ 65 ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਹੈ। ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਆਪਣੀ ਜਾਨ ਗਵਾਉਣ ਵਾਲਾ ਵਿਅਕਤੀ ਵੀ ਸ਼ੂਗਰ ਦੇ ਨਾਲ ਪੀੜਤ ਸੀ ਅੰਡੇਮਾਨ ਅਤੇ ਨਿਕੋਬਰ ਆਈਲੈਂਡਜ਼ ਦੇ ਵਿੱਚ ਕਰੋਨਾ ਵਾਇਰਸ ਦੇ 389 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਗਿਣਤੀ 428 ਹੋ ਗਈ ਹੈ ਇਸ ਮਦਦਬਿਕ ਹੁਣ ਤੱਕ 201 ਲੋਕ ਕਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਨੇ ਜਦੋਂ ਕਿ 225 ਮਰੀਜ਼ਾਂ ਦਾ ਇਲਾਜ ਹਜੇ ਵੀ ਚੱਲ ਰਿਹਾ ਹੈ ਕਰੋਨਾ ਵਾਇਰਸ ਨੂੰ ਰੋਕਣ ਦੇ ਲਈ ਅੰਡੇਮਾਨ ਅਤੇ ਨਿਕੋਬਰ ਆਈਲੈਂਡ ਪ੍ਰਸ਼ਾਸਨ ਨੇ 1 ਅਗਸਤ ਤੋਂ ਸ਼ਨੀਵਾਰ ਦੇ ਆਖਿਰ ਦੇ ਦਿਨ ਪੂਰਨ ਤਾਲਾਬੰਦੀ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਪੰਜਾਬ ਨਾਲ ਸੰਬੰਧਿਤ ਕਪੂਰਥਲਾ ਤੋਂ ਇੱਕ ਖਬਰ ਦੇ ਅਨੁਸਾਰ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਕਰੋਨਾ ਵਾਇਰਸ ਦਾ ਖ਼ਹੜ ਲਗਾਤਾਰ ਜਾਰੀ ਹੈ। ਕਪੂਰਥਲਾ ਦੇ ਵਿੱਚ ਜਿੱਥੇ ਅੱਜ ਕਰੋਨਾ ਵਾਇਰਸ ਦੇ ਨਵੇਂ 11 ਮਾਮਲੇ ਸਾਹਮਣੇ ਆਏ ਨੇ ਉੱਥੇ ਹੀ ਇੱਕ ਔਰਤ ਦੀ ਮੌਤ ਹੋਣ ਦੀ ਖ਼ਬਰ ਵੀ ਮਿਲੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਪੂਰਥਲਾ ਜ਼ਿਲ੍ਹੇ ਨਾਲ ਸੰਬੰਧਿਤ 29 ਸਾਲਾ ਔਰਤ ਨੇ ਰਾਤ ਨੂੰ ਦਮ ਤੋੜ ਦਿੱਤਾ ਹੈ। ਇਸ ਦੇ ਨਾਲ ਕਰੋਨਾ ਕਾਰਨ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਮਰਨ ਵਾਲਿਆਂ ਦਾ ਅੰਕੜਾ 10 ਤੱਕ ਪਹੁੰਚ ਗਿਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿੰਡ ਸੇਦਵਾਂ ਦੋਨਾਂ ਦੀ 29 ਸਾਲਾ ਹਰਬ੍ਰੀਤ ਕੌਰ ਪਤਨੀ ਹਰਵਿੰਦਰ ਸਿੰਘ ਦੀ ਜਲੰਧਰ ਦੇ ਨਿੱਜੀ ਹਸਪਤਾਲ ਦੇ ਵਿੱਚ ਮੌਤ ਹੋ ਗਈ ਹੈ। ਉਕਤ ਔਰਤ ਦੀ ਮੌਤ ਤੋਂ ਬਾਅਦ ਕਪੂਰਥਲਾ ਸ਼ਹਿਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਲੋਕਾਂ 'ਚ ਕੋਰੋਨਾ ਵਾਇਰਸ ਦਾ ਡਰ ਪੈਦਾ ਹੋਣ ਦੇ ਨਾਲ ਲੋਕ ਘਰਾਂ 'ਚ ਰਹਿਣ ਲਈ ਮਜਬੂਰ ਹੋ ਗਏ ਨੇ। ਪੰਜਾਬ ਨਾਲ ਸੰਬੰਧਿਤ ਰੂਪਨਗਰ ਤੋਂ ਆਈ ਇਸ ਖਬਰ ਦੇ ਅਨੁਸਾਰ ਮੋਰਿੰਡਾ ਪੁਲਿਸ ਨੇ ਇੱਕ ਲੁੱਟੇਰਾ ਗਰੋਹ ਨੂੰ ਕਾਬੂ ਕੀਤਾ ਹੈ ਜੋ ਪੁਲਿਸ ਅਨੁਸਾਰ ਇਲਾਕੇ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀਆਂ ਤਿਆਰੀਆਂ ਕਰ ਰਿਹਾ ਸੀ। ਪੁਲਿਸ ਅਨੁਸਾਰ ਇਹ ਗਿਰੋਹ ਲਗਭਗ 50 ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਸ਼ਾਮਲ ਸੀ ਇਸ ਗਿਰੋਹ ਦੇ ਮੈਂਬਰ ਇੱਕ ਕਾਰ ਦੇ ਵਿੱਚ ਘੁੰਮ ਰਹੇ ਸਨ ਜਿਨ੍ਹਾਂ ਕੋਲ ਮਾਰੂ ਹਥਿਆਰ ਵੀ ਬਰਾਮਦ ਹੋਏ ਨੇ ਐਸਪੀ ਰੂਪਨਗਰ ਨੇ ਦੱਸਿਆ ਕਿ ਮੋਰਿੰਡਾ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਲੁੱਟਾਂਖੁਆ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਇੱਕ ਕਾਰ ਅਤੇ ਮਾਰੂ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ ਨਾਲ ਹੀ ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਲੁਟੇਰਿਆਂ ਤੋਂ ਪਿਸਤੌਲ, ਕਿਰਪਾਨ, ਗੰਡਾਸੀ, ਇੱਕ ਕਟਰ ਅਤੇ ਲੋਹੇ ਦੀ ਸੱਬਲ ਤੇ ਲੋਹਾ ਗੋਟੀ ਬਰਾਮਦ ਕੀਤਾ ਗਿਆ ਹੈ ਐਸਨਾਲੀ ਸਾਡਾ ਅੱਜ ਦਾ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਹੁੰਦਾ ਹੈ ਹੁਣ ਦੇਊਗਾ ਗੰਦੀਪ ਨੂੰ ਇਜਾਜ਼ਤ ਸੰਦੇਰ ਆਪਣੇ ਪਸੰਦੀਦਾ ਰੇਡੀਓ ਚੰਨ ਪਰਦੇਸੀ